ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦ ਵਰਕਰ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਮੇਸ਼ਾ ਤੁਸੀਂ ਸਾਰੇ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ, ਹਮੇਸ਼ਾ ਹੱਸਦੇ ਵੱਸਦੇ ਖੁਸ਼ ਰਹੋ। ਅੱਜ ਅਸੀਂ ਜੋ ਕੰਮ ਕਰਨ ਲੱਗੇ ਹਾਂ, ਪੌੜੀਆਂ 'ਤੇ ਰੇਲਿੰਗ ਲਾਉਣੀ ਆ, ਉਹ ਥੱਲੇ ਸ਼ੁਰੂ ਹੋ ਕੇ ਉੱਧਰ ਜਾ ਕੇ ਖਤਮ ਹੋ ਜਾਣੀ, ਯਾਨੀ ਲਾਉਣੀ ਲੋਹੇ ਦੀ ਆ। ਅਤੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿਸ ਤਰ੍ਹਾਂ ਰੇਲਿੰਗ ਲੱਗਦੀ ਆ, ਕਿਹੜੀ ਕਿਹੜੀ ਚੀਜ਼ ਕਿਵੇਂ ਫਿਟਿੰਗ ਹੁੰਦੀ ਆ। ਤੁਸੀਂ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਿਹਾ ਕਰੋ ਅਤੇ ਸਾਡਾ ਕੰਮ ਵੇਖਿਆ ਕਰੋ, ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ, ਅਤੇ ਆਪਣੇ ਸੁਝਾਅ ਮੈਸੇਜ ਜ਼ਰੂਰ ਕਰਿਆ ਕਰੋ। ਚਲੋ ਆਓ ਆਪਾਂ ਸ਼ੁਰੂ ਕਰਦੇ ਹਾਂ ਰੇਲਿੰਗ ਬਣਾਉਣੀ, ਤੁਸੀਂ ਸਾਡੇ ਨਾਲ ਜੁੜੇ ਰਿਹਾ ਜੋ ਸ਼ੁਰੂ। ਸਾਰਿਆਂ ਨੂੰ ਪਹਿਲਾਂ ਆਪਣੇ ਜਿਹੜੇ ਮੇਨ ਪਾਵੇ ਖੜ੍ਹੇ ਕਰਨੇ ਉਹ ਵੱਢਦੇ ਹਾਂ। ਉਹ ਪਾਵੇ ਦਾ ਸਾਈਜ਼ ਹੈਗਾ 1.5x1 ਦੀ ਪੈਪ ਆ। ਇਹ ਕੁੱਲ ਆਪਣੇ 11 ਪਾਵੇ ਖੜ੍ਹੇ ਹੋਣੇ ਆ, ਪਿੱਲਰ ਮੇਨ ਪਿੱਲਰ ਛੋਟੇ ਖੜ੍ਹੇ ਹੋਣੇ ਆ। ਉਹ ਸੁਣ ਉਹ ਵੱਢਦੇ ਹਾਂ ਪਹਿਲਾਂ, ਫਿਰ ਅਗਲੀ ਕਰਦੇ ਪਾਸ ਕਰਦੇ। ਆਪਣੇ ਪੈਪ ਵੱਢ ਕੇ ਤਿਆਰ ਹੋ ਗਏ ਛੋਟੇ ਪਿੱਲਰਾਂ ਵਾਲੇ। ਆਹ ਹੇਠਾਂ ਹੇਠਾਂ ਦੇ ਪਾਸੇ ਇਹਨਾਂ ਦੀਆਂ ਪੱਤੀਆਂ ਲੱਗਣੀਆਂ, ਇਹ 'ਚ ਗੱਟੇ ਸਟੱਡ ਲੱਗਣਗੇ ਅਤੇ ਆਪਣੇ ਮੇਨ ਪਿੱਲਰ ਖੜ੍ਹੇ ਰਹਿਣਗੇ। ਸੋ ਅੱਗੇ ਤੁਹਾਨੂੰ ਜਿਵੇਂ ਜਿਵੇਂ ਬਣੂਗੇ ਉਵੇਂ ਵਿਖਾਉਂਦੇ ਹਾਂ, ਠੀਕ ਆ ਜੀ। ਇੱਥੇ 4 ਵੱਜ ਗਏ ਸੱਲ, 4 ਆਪਣੇ 4 ਸਟੱਡ ਲੱਗ ਗਏ, 4 ਹੀ ਆਪਣੇ ਮੇਨ ਪੈਪ ਹੋਣੇ ਇੱਥੇ। ਮਾਰਦੇ ਸਾਰੇ
तीन पैप आप खड़े करते हैं। बाकी आप मेन जो मेन छोटे पिलर वो नाल कलम कढ़ के खड़े करी जावे। बस जिमें जिमें बनी जाऊगी थानू अगे दिखाई जाने। रेलिंग बहुत सोहनी बननी है, पहले तो लगती है बेकार जी। जिमें जो ये बन गई ना तुम आप ही आखोगे बहुत सोहनी बनी है। बाले जाने बहुत ही बहुते पैसे भी नहीं लगते, तो सोहनी बहुत बन जाती है। अगे बच्चे बनी जाती है। हाँ तुम एक बार सारी कर ही लिया। इधरले पासे साडा गोविंद फोरमैन जी निक्का सूत फड़िया वा इन्हां दा, इन्हां दी लाई जा रहे हैं रेलिंग। आ वेख इस तरह बनती है, सूत ला के जमा पाइपां सीधियां ला दियां तकले नूं। अगे असीं लाउंदे ते मिंती हिसाब नाल कि नवें तैयार पे हिसाब नाल ला रहे हैं। तो बदलना चाहिए जे जिहा कम उवें बदलना चाहिए। करमा फोरमैन जी बैठे हैं, आओ वेखो। ये मुंडा गूंगा बोला काम पूरा कराउंदा है। लो जी हुण अपनी हो गई है रेलिंग तैयार। हुण तुसीं इहनूं वेखो कि किवें लगदी है, तुहानूं सोहणी लगी है। वेखो ठीक है गोविंद, वधिया लगती है। आराम करवा दी चंगा नूं। अज दा पत्ते बना लो। हां अज दा पत्ते
ਫੋਟੋ ਖਾ ਦਿਆਂ ਵੀਡੀਓ ਕਰ ਦੂੰ ਪਿੰਡ ਤੈਨੂੰ ਵੀਡੀਓ ਕਰ ਦੂੰਗਾ ਤੈਨੂੰ ਊਂ ਖਾ ਦਿਆਂ ਠੀਕ ਆ ਕਿਵੇਂ ਲੱਗੀ ਆ ਦੱਸਿਆ ਕਰੋ ਠੀਕ ਹੈ ਜੀ ਧੰਨਵਾਦ ਜੀ।